ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਗੁਰਨਵਾਜ ਬੁਟੀਕ 'ਤੇ ਸਵਾਗਤ ਕਰਦੇ ਹਾਂ। ਅੱਜ ਅਸੀਂ ਸੂਟ ਜਿਹੜਾ ਪਾਇਆ ਇਹ ਟਾਈ ਐਂਡ ਡਾਈ ਦੇ ਉੱਪਰ ਪਾਇਆ, ਠੀਕ ਹੈ। ਇਹ ਫੈਬਰਿਕ ਹੈਗਾ ਆਰਗੈਂਜ਼ਾ, ਇਹਨੂੰ ਡਾਈ ਕਰਕੇ ਆਪਾਂ, ਅਤੇ ਸ਼ਰਟ ਜਿਹੜੀ ਹੈ ਤੁਹਾਨੂੰ ਇੱਦਾਂ ਹੀ ਮਿਲੂਗੀ, ਅਤੇ ਨਾਲ ਵਰਕ ਆਪਾਂ ਬਹੁਤ ਹੈਵੀ ਕੀਤਾ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਸਲਵਾਰ 'ਤੇ ਵੀ ਸੇਮ ਵਰਕ ਆਊਗਾ, ਦੁਪੱਟਾ ਡਬਲ ਸ਼ੇਡ ਆਊਗਾ, ਸਭ ਦੇ ਨਾਲ ਦੁਪੱਟੇ ਸੇਮ ਹੀ ਲੱਗੇ ਆ। ਆਰਗੈਂਜ਼ਾ ਦੇ ਵਿੱਚ ਦੁਪੱਟੇ ਲੱਗੇ ਆ, ਲੈਸ ਲੱਗੀ ਆ, ਡਬਲ ਸ਼ੇਡ ਦੁਪੱਟੇ ਹੋਣਗੇ। ਕਲਰ ਆਪਣੇ ਕੋਲ 4 ਆ, ਠੀਕ ਹੈ। ਅਤੇ ਤੁਸੀਂ ਦੇਖ ਸਕਦੇ ਸੂਟ ਬਹੁਤ ਸੋਹਣਾ ਬਣਿਆ, ਮੈਨੂੰ ਖੁਦ ਨੂੰ ਵੀ ਬਹੁਤ ਪਸੰਦ ਆਇਆ। ਅਤੇ ਜੇ ਤੁਸੀਂ 10 ਸੂਟ ਲੈਣੇ ਤਾਂ ਸਾਡੇ ਕੋਲ ਨਾ ਲਿਮਿਟਡ ਜਿਹਾ ਸਟੋਕ ਆ, ਕਿਉਂਕਿ ਆਪਾਂ ਕਾਫੀ ਕੁਛ ਨਵਾਂ ਲੈ ਕੇ ਆਏ ਹਾਂ ਅਤੇ ਇੱਕ ਹੀ ਚੀਜ਼ ਰਿਪੀਟ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਪਹਿਲਾਂ ਹੀ ਬਣਾਇਆ ਸੀਗਾ ਸੂਟ ਉਹਦੇ ਵੀ ਕਾਫੀ ਕਸਟਮਰ ਜਿਹੜੇ ਸੀ ਡਿਮਾਂਡ ਕਰਦੇ ਪਏ। ਅਤੇ ਇਹ ਸੂਟ ਨੂੰ ਮੈਂ ਨਾ ਆਪਣੀ ਮਰਜ਼ੀ ਦੇ ਨਾਲ ਹੀ ਛੋਟੀ ਚਾਹ ਰੱਖੀ, ਇਹਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ, ਕਿਉਂਕਿ ਕਾਫੀ ਲੰਬਾ ਆ ਸੂਟ, ਜਿਨ੍ਹਾਂ ਦੇ 46 ਆ ਜਾਂ ਇਸ ਤੋਂ ਵੱਧ ਆ ਨਾ, ਜਿੰਨੀ ਮਰਜ਼ੀ ਲੈਂਥ ਰੱਖ ਲਿਓ, ਠੀਕ ਹੈ। ਮੈਨੂੰ ਇਹ ਕਿ ਮੇਰੀ ਸਲਵਾਰ ਦਾ ਵਰਕ ਜਿਹੜਾ ਉਹ ਵੀ ਦਿਖਾਉਣਾ ਹੁੰਦਾ, ਅਤੇ ਅਗਰ ਥੋੜ੍ਹੀ ਉੱਚੀ ਰੱਖੀ ਆ। ਦੂਸਰੀ ਗੱਲ ਕਿ ਇਹਦੇ ਮੈਂ ਛੋਟੇ ਚਾਹ ਇਹਦੇ ਨਾਲ ਸਹੀ ਨਹੀਂ ਲੱਗਦਾ ਸੀ ਬਸ, ਕਿਉਂਕਿ ਹਰ ਇੱਕ ਸੂਟ ਚੇਂਜ ਜਿਹੜਾ ਚੰਗਾ ਲੱਗਦਾ। ਅਤੇ ਬਹੁਤ ਸੋਹਣਾ ਸੂਟ ਬਣਿਆ, ਮੈਨੂੰ ਖੁਦ ਦੇ ਕਾਫੀ ਪਸੰਦ ਆਇਆ। ਅਤੇ ਤੁਸੀਂ ਇੱਦਾਂ ਸੂਟ ਜਿਹੜੇ ਔਡਰ ਕਰ ਸਕਦੇ, ਮੈਨੂੰ ਕਲਰ ਜਿਹੜੇ ਦਿਖਾ ਦੇਣੀ ਇਹਦੇ, ਠੀਕ ਹੈ। ਜਿਹੜੇ ਵੀ ਕਲਰ ਮੇਰੇ ਕੋਲ ਹੋਣਗੇ ਮੈਂ ਤੁਹਾਨੂੰ 24 ਕਲਰ ਦਿਖਾ ਦੇਣੇ। ਜਿਨ੍ਹਾਂ ਨੇ ਵੀ ਪਸੰਦ ਆਉਂਦਾ ਜਲਦੀ ਜਲਦੀ ਔਡਰ ਜਿਹੜਾ ਉਹ ਕਰ ਦਿਓ ਆਪਣਾ, ਠੀਕ ਹੈ। ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ ਕਿਹੜੇ ਆਪਣੇ ਕੋਲ ਹੈਗੇ ਆ। ਇੱਕ ਤਾਂ ਸੇਮ ਹੀ ਕਲਰ ਆਊਗਾ, ਹੈ ਨਾ, ਐ ਵਾਲਾ। ਅਤੇ ਵਰਕ ਇਹਦਾ ਵੀ ਦੇਖੋ ਕਿੰਨਾ ਸੋਹਣਾ ਬਣਿਆ, ਇਹ ਵਾਲਾ ਵਰਕ ਆਊਗਾ। ਸਲਵਾਰ ਦਾ ਵਰਕ ਵੀ ਸੇਮ ਹੀ ਆਊਗਾ, ਅਤੇ ਮਸਲੀਨ ਕਾਟਨ ਦੀ ਜਿਹੜੀ ਵਧੀਆ ਵਾਲੀ ਸਲਵਾਰ ਹੈ ਉਹ ਲਗਾਈ ਆ, ਦੂਸਰੀ ਮਸਲੀਨ ਦੀ ਨਹੀਂ ਲਗਾਈ, ਠੀਕ ਹੈ। ਇੱਕ ਤਾਂ ਨਹੀਂ ਚੁਬਣੀ ਜੀ, ਉਹ ਨਹੀਂ ਲਾਈ ਆਪਾਂ, ਪਿਓਰ ਮਸਲੀਨ ਦੇ ਉੱਪਰ ਲਗਾਈ ਆ। ਦੁਪੱਟਾ ਸਭ ਦੇ ਸੇਮ ਹੈ, ਪਰ ਮੈਂ ਇੱਕ ਤੁਹਾਨੂੰ ਫਿਰ ਕਲੀਅਰ ਕਰ ਦਿੰਦੀ, ਇਹ ਸੇਮ ਇੱਦਾਂ ਹੀ ਆਉਣੇ ਦੁਪੱਟੇ, ਠੀਕ ਹੈ। ਜਿੱਦਾਂ ਮੈਂ ਲਿਆ ਨਾ, ਡਬਲ ਸ਼ੇਡ ਦੁਪੱਟਾ ਹੋਊਗਾ, ਲੈਸ ਵੀ ਲੱਗੀ ਜਾਊਗੀ। ਇੱਕ ਇਹਦਾ ਕਲਰ ਆਏਗਾ ਜੀ ਆਹ ਵਾਲਾ, ਠੀਕ ਹੈ। ਅਤੇ ਦੂਸਰਾ ਕਲਰ ਇਹਦਾ ਆਪਣੇ ਕੋਲ ਹੈਗਾ ਬਹੁਤ ਸੋਹਣਾ ਐਹ ਵਾਲਾ। ਜਿਹੜੇ ਕਲਰ ਜਿਹੜੇ ਕਸਟਮਰ ਕੋਲ ਹੁੰਦੇ ਨਹੀਂ ਆ ਉਹੀ ਸੋਹਣੇ ਲੱਗਦੇ ਆ, ਆਹ ਵਾਲਾ ਕਲਰ ਜੀ, ਠੀਕ ਹੈ। ਜਿਨ੍ਹਾਂ ਨੇ ਵੀ ਔਡਰ ਕਰਨੇ ਫਟਾਫਟ ਕਰ ਦਿਓ, ਲੈਂਥ ਦਾ ਵੀ ਕੋਈ ਇਸ਼ੂ ਨਹੀਂ ਇਹਦਾ ਹੈਗਾ, ਜਿੰਨਾ ਮਰਜ਼ੀ ਤੁਸੀਂ ਲੈਂਥ ਦੀ ਰੱਖ ਸਕਦੇ ਹੋ। ਪਹੁੰਚੇ ਦੇ ਵਰਕ ਵੀ ਸੇਮ ਹੀ ਆਊਗਾ, ਦੁਪੱਟਾ ਵੀ ਡਬਲ ਸ਼ੇਡ ਵਿੱਚ ਸੇਮ ਹੀ ਡਰਾਈ ਹੋਇਆ, ਲੈਸ ਵੀ ਸੇਮ ਲੱਗੀ ਮਿਲੂਗੀ ਤੁਹਾਨੂੰ, ਠੀਕ ਹੈ। ਇਹ ਸੂਟ ਦਾ ਪ੍ਰਾਈਜ਼ ਹੈਗਾ ਆ 1650 ਰੁਪਏ, ਸ਼ਿਪਿੰਗ ਪਾ ਕੇ ਪੈਣਾ ਤੁਹਾਨੂੰ 1700 ਰੁਪਏ ਦਾ ਸੂਟ, ਠੀਕ ਹੈ। ਅਤੇ ਇੱਕ ਇਹਦਾ ਕਲਰ ਆ ਗਿਆ ਜੀ ਆਹ ਵਾਲਾ, ਬਹੁਤ ਪਿਆਰਾ ਜਿਹਾ, ਠੀਕ ਹੈ। ਆਊਗੀ ਸ਼ਰਟ, ਠੀਕ ਹੈ। ਇਹਦਾ ਆਊਗਾ ਆਹ ਵਾਲੀ ਸਲਵਾਰ ਦਾ ਮਜੰਟਾ ਕਲਰ ਦਾ, ਦੁਪੱਟਾ ਡਬਲ ਸ਼ੇਡ ਦੇ ਵਿੱਚ, ਇੱਕ ਕਲਰ ਆਪਣੇ ਕੋਲ ਆ ਗਿਆ ਜੀ ਆਹ ਵਾਲਾ, ਠੀਕ ਹੈ। ਜਿਨ੍ਹਾਂ ਨੇ ਵੀ ਜਿਹੜੇ ਕਰਨੇ ਆ ਉਹ ਸਕਰੀਨਸ਼ੋਟ ਭੇਜ ਦਿਓ, ਠੀਕ ਹੈ। ਆਪਣੇ ਕੋਲ ਕਲਰ ਹੈਗੇ ਹੁਣ ਇਸ ਟਾਈਮ, ਅਤੇ ਇੱਕ ਕਲਰ ਮੈਨੂੰ ਬੜਾ ਸੋਹਣਾ ਲੱਗਾ ਆਹ ਵਾਲਾ ਪਰਪਲ ਸ਼ੇਡ। ਇਹਦਾ ਵੀ ਦੁਪੱਟਾ ਜਿਹੜਾ ਡਬਲ ਡਾਈ ਆ, ਅਤੇ ਤੁਸੀਂ ਲਾਗੋਂ ਦੇਖ ਸਕਦੇ ਹੋ ਇਹਦਾ ਘੇਰਾ ਬਹੁਤ ਸੋਹਣਾ ਬਣਿਆ, ਠੀਕ ਆ। ਅਤੇ ਜੱਚੇ ਬੜੇ ਕਲਰ ਇਹਦੇ ਉੱਪਰ, ਅਤੇ ਜਿੱਦਾਂ ਵੀ ਤੁਸੀਂ ਇਹਨੂੰ, ਇਹ ਨਾ ਫੈਬਰਿਕ ਇੱਦਾਂ ਦਾ ਹੈ ਕਿ ਇਹਨੂੰ ਹੁਣ ਮਤਲਬ ਤੁਸੀਂ ਜਿੰਨਾ ਮਰਜ਼ੀ ਪਾ ਰਹੇ, ਇੱਕ ਤਾਂ ਹੁੰਦੇ ਜਿੱਦਾਂ ਬਰੋਕਟ ਹੁੰਦੀਆਂ ਜਾਂ ਸ਼ਨੀਲ ਦੇ ਸੂਟ ਆਪਾਂ ਬਣਾਉਂਦੇ ਵੈਲਵਟ ਦੇ ਉੱਪਰ, ਉਹ ਬੜੀ ਦਿੱਕਤ ਕਰਦੇ, ਥੋੜ੍ਹਾ ਚਿਰ ਪੈਂਦੇ 1-2 ਮਹੀਨੇ। ਇਹ ਵਾਲਾ ਸੂਟ ਤੁਸੀਂ ਜਦੋਂ ਮਰਜ਼ੀ ਪਾ ਸਕਦੇ, ਕਿਉਂਕਿ ਹੁਣ ਜਿਹੜਾ ਮੌਸਮ ਚੱਲਦਾ ਪਿਆ ਵਧੀਆ, ਤੁਹਾਡਾ ਗਾੜੀ ਫੇਰ ਤੁਹਾਡੇ ਮਾਰਚ ਤੱਕ ਇਹੀ ਪੈਂਦੇ ਰਹਿਣੇ। ਇਹ ਵਾਲਾ ਸੂਟ ਦਾ ਕਲਰ ਜਿਹੜਾ ਇਹ ਵਾਲਾ ਤੁਸੀਂ ਕਰ ਸਕਦੇ ਹੋ, ਬਹੁਤ ਸੋਹਣਾ ਸੂਟ ਹੈ, ਫਟਾਫਟ ਔਡਰ ਕਰ ਲਓ ਜਿਨ੍ਹਾਂ ਨੂੰ ਪਸੰਦ ਆ, ਠੀਕ ਹੈ। ਬਾਏ ਬਾਏ।